ਰਾਈਟ ਹੈ ਵਿਰੋਧ, ਬਟ ਉਹ ਤਰੀਕਾ ਹੁੰਦਾ ਇੱਕ ਵਿਰੋਧ ਕਰਨ ਦਾ। ਸਭ ਤੋਂ ਗੁੱਸੇ ਹੋਏ ਨੇ ਜੋ ਵੀ ਉਹਨਾਂ ਨੂੰ ਲੱਗਦਾ ਸਾਡੇ 'ਚ ਕਮੀਆਂ ਪੇਸ਼ੀਆਂ ਨੇ, ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਐਂਡ ਹੋਪ ਕਿ ਉਹਨਾਂ ਨੇ ਕਹਿ ਤਾ ਸੀ ਕਿ ਯਾਰ ਹੁਣ ਮੇਰਾ ਲਾਈਫ 'ਚ ਕੋਈ ਐਸੀ ਚੀਜ਼ ਨਹੀਂ, ਮੈਂ ਨਹੀਂ ਦੇਖੀ ਦੌਲਤ ਸ਼ੌਹਰਤ ਕਿੱਥੇ ਨਹੀਂ ਘੁੰਮਿਆ, ਸਾਰੀ ਦੁਨੀਆ ਘੁੰਮ ਲਈ, ਬਟ ਮੇਰਾ ਹੁਣ ਦਿਲ ਕਰਦਾ ਕਿ ਯਾਰ ਮੈਂ ਨਾ ਹੁਣ ਸੇਵਾ ਕਰਾਂ ਲੋਕਾਂ ਦੀ ਜਿੰਨੀ ਸੇਵਾ ਹੋ ਸਕੇ। ਐਥੀਕਲੀ ਨਹੀਂ ਬੋਲਣਾ ਚਾਹੀਦਾ, ਫੈਮਿਲੀ ਖਿਲਾਫ਼ ਭੈਣ ਦੀਆਂ ਗਾਲਾਂ ਇਹ ਉਹ, ਪੰਜਾਬੀ ਇੱਦਾਂ ਤਾਂ ਹੈ ਨਹੀਂ, ਆਪਾਂ ਤਾਂ ਪਿਆਰ ਮੰਡਣ ਵਾਲੇ ਹਾਂ। ਅੱਜ ਮੋਗਾ ਦੇ ਵਿੱਚ ਪਹੁੰਚੇ ਹੈ ਯੁਵਰਾਜ ਹੰਸਰਾਜ ਹੰਸ ਜੀ ਦੇ ਬੇਟੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਚੁਣਾਵ ਪ੍ਰਚਾਰ ਚੱਲ ਰਿਹਾ ਔਰ ਚੁਣਾਵ ਪ੍ਰਚਾਰ ਦੀ ਗੱਡੀ ਕਿੱਥੇ ਤੱਕ ਪਹੁੰਚੀ ਹੈ ਔਰ ਕੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ। ਯੁਵਰਾਜ ਜੀ ਬਹੁਤ ਫਿਲਮਾਂ ਦੇ ਵਿੱਚ ਕੰਮ ਕੀਤਾ, ਫਿਲਮਾਂ ਦੇ ਵਿੱਚੋਂ ਬਾਅਦ ਦੇ ਵਿੱਚ ਹੁਣ ਤੁਸੀਂ ਰਾਜਨੀਤੀ ਦੇ ਵਿੱਚ ਵੀ ਡੈਡੀ ਦੀ ਕੰਪੇਨ ਕਰਨ ਪਹੁੰਚੇ ਹੋ, ਮੋਗਾ ਦੇ ਵਿੱਚ ਪਹੁੰਚੇ ਹੋ, ਕਿਸ ਤਰ੍ਹਾਂ ਕੰਪੇਨ ਕਰ ਰਹੇ ਹੋ ਪਾਪਾ ਦੀ ਔਰ ਕਿਸ ਤਰ੍ਹਾਂ ਸਾਥ ਦੇ ਰਹੇ ਹੋ? ਮੋਗੇ ਨਾਲ ਮੇਰਾ ਬੜਾ ਪੁਰਾਣਾ ਤਲੁਕਾਤ ਆ ਜੀ, ਜਿਹੜੀ ਮੇਰੀ ਦੂਜੀ ਫਿਲਮ ਹੋਈ ਸੀਗੀ ਬੁਰਰਾ ਭੰਗੜੇ 'ਤੇ ਬਣੀ ਸੀਗੀ, ਅਤੇ ਉੱਥੇ ਦੇ ਇੱਥੇ ਡਾਇਰੈਕਟਰ ਸਾਹਿਬ ਸਾਗਰ ਭਾਅ ਜੀ, ਉਦੋਂ ਮੈਂ ਪਹਿਲੀ ਵਾਰੀ ਆਇਆ ਸੀਗਾ ਇੱਥੇ ਮਿਲਣ ਉਹਨਾਂ ਨੂੰ, ਅਤੇ ਯਾਦ ਆ ਮੈਨੂੰ ਪੁਲ ਦੇ ਥੱਲੇ ਉਦੋਂ ਪੰਜਾਬੀ ਜੁੱਤੀਆਂ ਦੀ ਹੁਣ ਵੀ ਹੈਗੀ ਆ, ਹਾਂ ਉੱਥੋਂ ਮੈਂ ਲੈ ਕੇ ਗਿਆ ਸੀ, ਅੱਜ ਮੈਂ ਇਹੀ ਸੋਚਦਾ ਜੀ ਲੈ ਕੇ ਜਾਊਂਗਾ। ਅਤੇ ਇੱਥੇ ਆਉਂਦਿਆਂ ਨੂੰ ਜੀ ਬਹੁਤ ਪਿਆਰ ਮਿਲਿਆ, ਬੜਾ ਪੋਜ਼ੀਟਿਵ ਰਿਸਪੋਂਸ ਆ, ਜਿਨ੍ਹਾਂ ਨਾਲ ਵੀ ਗੱਲ ਕਰੋ ਜਾਂ ਜਿਨ੍ਹਾਂ ਨੂੰ ਮਿਲੋ ਇਹੀ ਕਹਿੰਦੇ ਕਿ ਫਾਦਰ ਸਾਹਿਬ ਜਿੱਤਣਗੇ, ਐਂਡ ਲੈਟਸ ਹੋਪ ਫੋਰ ਦਾ ਬੈਸਟ, ਜੋ ਬਾਬਾ ਜੀ ਨੂੰ ਮਨਜ਼ੂਰ ਹੋਵੇ, ਜੋ ਡਿਜ਼ਰਵਿੰਗ ਹੋਵੇ, ਜੋ ਉਹਨਾਂ ਨੂੰ ਲੱਗਦਾ ਹੋਵੇ ਬਾਬਾ ਜੀ ਨੂੰ। ਪਹਿਲਾਂ ਨਵਰਾਜ ਭਾਅ ਜੀ ਵੀ ਆਏ ਸੀਗੇ, ਅੱਜ ਤੁਸੀਂ ਆਏ ਹੋ, ਮਤਲਬ ਕਿ ਬੜੇ ਲੰਬੇ ਅਰਸੇ ਬਾਅਦ, ਕਿਤੇ ਸ਼ਡਿਊਲ ਵੀ ਬਿਜ਼ੀ ਹੋਣਾ ਹੈ ਨਾ, ਅਤੇ ਅੱਜ ਪਹੁੰਚੇ ਹੋ, ਕਿੱਥੇ ਕਿੱਥੇ ਕੰਪੇਨ ਕਰ ਰਹੇ ਹੋ ਔਰ ਕਿਸ ਤਰ੍ਹਾਂ ਲੋਕਾਂ ਨੂੰ ਅਪੀਲ ਕਰ ਰਹੇ ਹੋ ਕਿ ਡੈਡੀ ਨੂੰ ਵੋਟ? ਅੱਜ ਕੋਸ਼ਿਸ਼ ਕਰ ਰਹੇ ਹਾਂ ਜੀ, ਮੋਗੇ ਸ਼ਹਿਰ 'ਚ ਜਿਹੜੇ ਮੇਨ ਮੇਨ ਕੁਛ ਬਸਤੀਆਂ ਨੇ, ਇੱਕ ਜਗ੍ਹਾ 'ਤੇ ਸਟੇਜ ਵੀ ਲਾ ਰਹੇ ਹਾਂ, ਲੋਕਾਂ ਨੂੰ ਐਟਲੀਸਟ ਆਪਣੇ ਵੱਲੋਂ ਰਿਕੁਐਸਟ ਕਰੀਏ। ਵੈਸੇ ਤਾਂ ਮੈਨੂੰ ਪਤਾ ਉਹਨਾਂ ਨੂੰ ਹੁਣ ਜ਼ਿਆਦਾ ਰਿਕੁਐਸਟ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਮੰਨ ਗਏ ਨੇ ਔਰ ਸਾਡੇ ਹੱਕ 'ਚ ਹੀ ਨੇ, ਸਪੈਸ਼ਲੀ ਮੋਗਾ ਸ਼ਹਿਰ ਤੋਂ ਤਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ। ਅਤੇ ਲੈਟਸ ਹੋਪ ਸਭ ਕੁਛ ਪੋਜ਼ੀਟਿਵ ਤਰੀਕੇ ਨਾਲ ਹੋਵੇ, ਜਿਵੇਂ ਲੱਗੇ ਹੋਏ ਹਾਂ ਤਾਂ ਬਾਬਾ ਜੀ ਸਾਡੀ ਮਿਹਨਤ ਨੂੰ ਭਾਗ ਲਾਵੇ। ਫਰੀਦਕੋਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਚੁਣਾਵ ਮੈਦਾਨ ਦੇ ਵਿੱਚ ਕਲਾਕਾਰ ਦੂਜੇ ਪਾਸੇ ਵੀ ਕਰਮਜੀਤ ਅਨਮੋਲ ਨੇ, ਉਹ ਵੀ ਤੁਹਾਡੇ ਬਹੁਤ ਪਿਆਰੇ ਨੇ, ਹੰਸਰਾਜ ਹੰਸ ਜੀ ਵੀ ਪਿਆਰੇ ਨੇ, ਅਤੇ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਵੀ ਨੇ ਅਤੇ ਅਕਾਲੀ ਦਲ ਦੀ ਵੀ ਨੇ, ਕਿਹਦੇ ਨਾਲ ਟੱਕਰ ਸਮਝਦੇ ਹੋ ਵੀ ਕੀ ਹੋ ਸਕਦਾ ਹੈ? ਟੱਕਰ ਕਿਸੇ ਨਾਲ ਨਹੀਂ ਜੀ, ਟੱਕਰ ਆਪਣੇ ਨਾਲ ਹੀ ਹੁੰਦੀ ਇਨਸਾਨ ਦੀ, ਮਤਲਬ ਸਾਡੀ ਟੀਚਿੰਗ, ਮੈਨੂੰ ਫਾਦਰ ਸਾਹਿਬ ਨੇ ਵੀ ਇਹੀ ਦੱਸਿਆ ਕਿ ਸਭ ਤੋਂ ਜ਼ਿਆਦਾ ਬੰਦੇ ਦੀ ਫਾਈਟ ਆਪਣੇ ਆਪ ਨਾਲ ਹੁੰਦੀ ਹੈ, ਅਤੇ ਉਹ ਲੱਗੇ ਹੋਏ ਹਾਂ ਜਦੋਂ ਜਹਿਜ, ਲੈਟਸ ਹੋਪ, ਮੈਂ ਜਿਵੇਂ ਕਿਹਾ ਜੋ ਬੈਸਟ ਹੋਵੇ, ਜੋ ਡਿਜ਼ਰਵਿੰਗ ਹੋਵੇ, ਜੋ ਲੋਕਾਂ ਨੂੰ ਲੱਗੇ, ਲੋਕ ਬਹੁਤ ਸਮਝਦਾਰ ਆ ਹੁਣ, ਗੱਲਾਂ 'ਚ ਨਹੀਂ ਆਉਂਦੇ, ਉਹਨਾਂ ਨੂੰ ਪਤਾ ਕੌਣ ਕਿਸ ਕਿਰਦਾਰ ਦਾ ਬੰਦਾ, ਕੌਣ ਕਿਵੇਂ ਦਾ ਆ, ਅਤੇ ਉਹ ਜਿੱਤੇ। ਕਰਮਜੀਤ ਅਨਮੋਲ ਨਾਲ ਜਿੰਨੇ ਵੀ ਸੈਲੀਬ੍ਰਿਟੀਜ਼ ਆ ਰਹੇ ਨੇ, ਤੁਸੀਂ ਸਾਰੇ ਇੱਕੋ ਫੀਲਡ ਦੇ ਹੋ, ਅਤੇ ਗੱਲਾਂ ਬਾਤਾਂ ਹੁੰਦੀਆਂ ਕਿ ਕਿਸ ਤਰ੍ਹਾਂ ਚੱਲ ਰਹੀ ਹੈ ਕੰਪੇਨ, ਜਾਂ ਕਿਉਂਕਿ ਇਹ ਮੈਂ ਇਲੈਕਸ਼ਨ ਦੇਖਿਆ ਇਹਦੇ ਵਿੱਚ ਇੱਕ ਦੂਜੇ 'ਤੇ ਕੋਈ ਦੂਸ਼ਣਬਾਜ਼ੀ ਤਾਂ ਕਰ ਨਹੀਂ ਰਹੇ, ਹਰ ਕੋਈ ਕਹਿੰਦਾ ਕਿ ਮੇਰੇ ਵੱਡੇ ਭਰਾ, ਮੇਰੇ ਛੋਟੇ ਭਰਾ ਸਾਡੇ ਰਿਸਪੈਕਟਡ ਨੇ, ਅਤੇ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਕੋਈ ਗੱਲਾਂ ਹੁੰਦੀਆਂ? ਦੇਖੋ ਆਰਟਿਸਟ ਜਿਹੜਾ ਹੁੰਦਾ ਨਾ, ਇੱਥੋਂ ਬਹੁਤ ਸਾਫ਼ ਹੁੰਦਾ ਜੀ, ਉਹਦੇ ਮਨ 'ਚ ਜਿੰਨਾ ਚਿਰ ਉਹਨੂੰ ਪ੍ਰੋਵੋਕ ਨਾ ਕੀਤਾ ਜਾਵੇ, ਉਂਗਲੀ ਨਾ ਕਰੀ ਜਾਵੇ ਉਹਨਾਂ 'ਚ ਉਹ ਨਹੀਂ ਖਿੱਚਦਾ। ਅਤੇ ਅਸੀਂ ਸਾਰੇ ਆਰਟਿਸਟ ਹੀ ਹਾਂ, ਇੱਕ ਦੂਜੇ ਨੂੰ ਪਿਆਰ, ਕਿਉਂਕਿ ਨਾਲ ਉੱਠਣਾ ਬੈਠਣਾ, ਇਕੱਠੇ ਫਿਲਮਾਂ ਕੀਤੀਆਂ, ਗਾਣੇ ਗਾਏ ਆ, ਉਹ ਇੱਕੋ ਸ਼ਹਿਰ 'ਚ ਰਹਿੰਦੇ ਮੋਹਾਲੀ ਦੇ ਸਾਰੇ ਹਾਂ ਅਸੀਂ, ਮਤਲਬ ਹੁਣ ਸਾਰੀ ਇੰਡਸਟਰੀ ਉੱਥੇ ਆ, ਅਤੇ ਉਹ ਇੰਨਾ ਕੁ ਲਿਹਾਜ਼ ਤਾਂ ਸਾਡਾ ਉਹਨਾਂ ਨੂੰ ਪਤਾ ਕਿ ਬਣਦਾ, ਔਰ ਸੱਚੀ ਦਿਲੋਂ ਇਹ ਕੋਈ ਅੱਛੇ ਬਣਨ ਲਈ ਮੀਡੀਆ ਸਾਹਮਣੇ ਆ, ਇੰਟਰਵਿਊਜ਼ 'ਚ ਅੱਛੇ ਬਣਨ ਲਈ ਨਹੀਂ, ਉਹ ਦਿਲੋਂ ਹੀ ਆ। ਜਿੱਦਾਂ ਹੁਣ ਮੈਂ ਥੋੜ੍ਹੇ ਦਿਨ ਪਹਿਲਾਂ ਵੀ ਮਿਲਿਆ ਸੀ ਕਰਨਜੀਤ ਭਾਅ ਜੀ ਨੂੰ, ਮਤਲਬ
ਸੀਟ ਅਨਾਊਂਸਮੈਂਟ ਤੋਂ ਹਫ਼ਤਾ 10 ਦਿਨ ਪਹਿਲਾਂ ਪੈਰੀ ਹੱਥ ਲਾ ਕੇ ਮਿਲੀਦਾ ਜਦੋਂ ਵੀ ਮਿਲਿਆ, ਹੁਣ ਵੀ ਪੈਰੀ ਹੱਥ ਲਾ ਕੇ ਮਿਲੂੰਗਾ ਕਿਉਂਕਿ ਉਹ ਰਿਸਪੈਕਟ ਆ ਵੱਡੇ ਭਾਅ ਜੀ ਨੇ ਸਾਡੇ, ਉਹਨਾਂ ਨੂੰ ਵੀ ਬੈਸਟ ਵਿਸ਼ਿਜ਼ ਨੇ ਸਾਡੇ ਵੱਲੋਂ। ਜਿਵੇਂ ਮੈਂ ਕਿਹਾ, ਜੋ ਬੈਸਟ ਹੋਵੇ, ਜੋ ਡਿਜ਼ਰਵਿੰਗ ਹੋਵੇ ਉਹ ਜਿੱਤੇ। ਕੋਈ ਹੋਰ ਜਿਵੇਂ ਪੰਜਾਬੀ ਫਿਲਮ ਜਗਤ ਦੇ ਵਿੱਚੋਂ ਕੋਈ ਹੋਰ ਆ ਰਹੇ ਨੇ ਨਾਲ, ਕਿਉਂਕਿ ਅਸੀਂ ਕਰਮਜੀਤ ਦੀ ਕੰਪੇਨ 'ਚ ਰੋਜ਼ ਦੇਖਦੇ ਹਾਂ ਨਵੇਂ ਚਿਹਰੇ ਆਉਂਦੇ ਨੇ, ਠੀਕ ਹੈ, ਅਤੇ ਹੰਸਰਾਜ ਹੰਸ ਜੀ ਨਾਲ ਪਹਿਲਾਂ ਨਵਰਾਜ ਆਏ ਨੇ, ਹੁਣ ਯੁਵਰਾਜ ਆਏ ਨੇ, ਅਤੇ ਹਾਂਜੀ ਫਿਲਹਾਲ ਤਾਂ ਅਸੀਂ ਹਾਂ ਜੀ, ਬਾਕੀ ਉਹ ਵੀ ਮੇਰੇ ਭਰਾ ਨੇ ਸਾਰੇ ਜਾਣੇ, ਉਹ ਇਹ ਹੀ ਸੋਚ ਲਿਓ, ਉਹੀ ਮੈਂ ਹੀ ਉੱਧਰ ਉੱਧਰ ਵੀ ਤੁਰਿਆ ਫਿਰਦਾ, ਪਿਆਰ ਬੜਾ ਸਾਰਿਆਂ 'ਚ, ਪਿਆਰ ਦੇਖ ਬੜਾ ਸਾਰਿਆਂ 'ਚ, ਔਰ ਮੈਨੂੰ ਇੰਨਾ ਵੀ ਪਤਾ ਕਿ ਉਹਨਾਂ ਨੂੰ ਮੈਂ ਜੇ ਰਿਕੁਐਸਟ ਕਰੂੰਗਾ ਕਹੂੰਗਾ ਅਤੇ ਆਉਣਗੇ ਜ਼ਰੂਰ। ਲੈਟਸ ਹੋਪ ਇਨ ਫਿਊਚਰ ਅਗਲੇ ਦਿਨਾਂ 'ਚ ਜਿਹੜਾ ਵੀ ਹੋਵੇ, ਫਿਲਹਾਲ ਮੈਂ ਔਰ ਭਾਅ ਜੀ ਹਾਂ, ਮੇਰੇ ਨਾਲ ਅਹਿਮ ਭਾਅ ਜੀ ਨੇ ਆਰਟਿਸਟ ਸਾਡੇ ਨੇ ਬਹੁਤ ਪਿਆਰੇ, ਉਹ ਨੇ ਮੀਕਾ ਜੀ ਦੀ ਗੱਲ ਹੁੰਦੀ ਹੈ, ਦਲੇਰ ਮਹਿੰਦੀ ਦੀ ਗੱਲ ਹੁੰਦੀ ਹੈ, ਉਹ ਕਦੋਂ ਆ ਰਹੇ? ਉਹ ਉਹਨਾਂ ਦੇ ਜਵਾਈ ਨੂੰ ਪੁੱਛੋ, ਨਵਰਾਜ ਭਾਈ ਨੂੰ ਜ਼ਿਆਦਾ ਪਤਾ ਹੋਊਗਾ। ਨਹੀਂ ਨਹੀਂ ਉਹ ਦੱਸਦੇ ਪਏ ਸੀ, ਦਲੇਰ ਜੀ ਤਾਂ ਆ ਰਹੇ ਨੇ ਬਹੁਤ ਜਲਦੀ ਆ, ਮੈਨੂੰ ਲੱਗਦਾ 2-4 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਆ ਜਾਣਾ। ਮੀਕੇ ਭਾਅ ਜੀ ਦਾ ਹਜੇ ਮੈਨੂੰ ਸ਼ੋਰ ਨਹੀਂ ਗਾ ਕਦੋਂ ਤੱਕ, ਬਟ ਦਲੇਰ ਜੀ ਦਾ ਤਾਂ ਪਤਾ ਜਲਦੀ ਆ ਰਹੇ ਨੇ। ਗੱਲ ਕੀਤੀ ਜਾਵੇ ਇਲੈਕਸ਼ਨ ਕੰਪੇਨ ਦੇ ਵਿੱਚ ਹੰਸਰਾਜ ਹੰਸ ਜੀ ਨਿਕਲਦੇ ਨੇ, ਕਿਤੇ ਨਾ ਕਿਤੇ ਵਿਰੋਧ ਦੀ ਗੱਲ ਆ ਜਾਂਦੀ ਹੈ, ਕਿਉਂਕਿ ਜਿੱਥੇ ਹੰਸਰਾਜ ਹੰਸ ਜੀ ਪਹੁੰਚਦੇ ਨੇ ਕਿਤੇ ਨਾ ਕਿਤੇ ਵਿਰੋਧ ਹੁੰਦਾ, ਕਦੇ ਘਰੇ ਡਿਸਕਸ ਹੁੰਦੀਆਂ ਇਹੋ ਜਿਹੀਆਂ ਗੱਲਾਂ ਕਿ ਆਖਿਰ ਕਿਉਂ ਵਿਰੋਧ ਹੁੰਦਾ ਜਾਂ ਕੀ ਗੱਲਬਾਤ ਹੈ, ਕਿੱਥੇ ਕਮੀ ਪੇਸ਼ੀ ਰਹਿ ਗਈ ਜਾਂ ਵਿਰੋਧ ਕਰਨਾ? ਜੀ ਦੇਖੋ, ਸਾਰਿਆਂ ਜਿਹਨੇ ਕਰਨਾ ਉਹਦਾ ਇੱਕ ਰਾਈਟ ਹੈ ਵਿਰੋਧ, ਬਟ ਉਹ ਤਰੀਕਾ ਹੁੰਦਾ ਇੱਕ ਵਿਰੋਧ ਕਰਨ ਦਾ। ਆਪਾਂ ਆਫ ਦਾ ਕੈਮਰਾ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਦੇਰ ਸ਼ੁੱਡ ਬੀ ਅ ਵੇ, ਬਟ ਕੋਈ ਗੱਲ ਨਹੀਂ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਸਾਡੇ ਨਾਲ ਨਾਰਾਜ਼ ਨੇ, ਸਾਡੇ ਤੋਂ ਗੁੱਸੇ ਹੋਏ ਨੇ, ਜੋ ਵੀ ਉਹਨਾਂ ਨੂੰ ਲੱਗਦਾ ਸਾਡੇ 'ਚ ਕਮੀਆਂ ਪੇਸ਼ੀਆਂ ਨੇ, ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਐਂਡ ਹੋਪ ਜਦੋਂ ਜਿੱਤਾਂਗੇ ਫਿਰ ਤਾਂ ਬਿਲਕੁਲ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਕਿਸ ਕਿਰਦਾਰ ਦਾ ਇਨਸਾਨ ਹੈ, ਕਿਉਂਕਿ ਜ਼ਿਆਦਾ ਇੱਧਰ ਵਿਚਰੇ ਨਹੀਂ ਨਾ ਉਹਨਾਂ ਨੂੰ, ਕਿਉਂਕਿ ਦਿੱਲੀ ਵਾਲੀ ਕੋਨਸਟੀਚੁਐਂਸੀ 'ਚ ਪੁੱਛੋ ਉਹਨਾਂ ਨੂੰ ਕਿ। ਮੈਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਨਵੇਂ ਨਵੇਂ ਉੱਥੇ ਕੈਂਪੇਨ ਸ਼ੁਰੂ ਕੀਤੀ ਤਾਂ ਲੋਕ ਕਹਿੰਦੇ ਸੀਗੇ ਕਿ ਇਹ ਤਾਂ ਬਾਹਰੋਂ ਆਇਆ ਜੀ, ਇਹਨਾਂ ਨੇ ਜਿੱਤ ਜੁੱਤ ਕੇ ਚਲੇ ਜਾਣਾ, ਇੱਥੇ ਕਿਤੇ ਕੰਮ ਕਰਾਓਗੇ, ਇਹ ਕੀ ਕਰਾਓਗੇ। ਬਟ ਮੈਨੂੰ ਅੱਜ ਹੁਣ ਵੀ ਪਤਾ ਆ ਕਿ ਉਹ 5 ਸਾਲਾਂ 'ਚ, ਮੈਨੂੰ ਲੱਗਦਾ ਹਾਰਡਲੀ ਪੂਰੇ 5 ਸਾਲਾਂ 'ਚ 1 ਮਹੀਨਾ ਲਗਾਤਾਰ ਵੀ ਕਿ ਜਲੰਧਰ ਆਏ ਹੋ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀ ਕਿ ਯਾਰ ਹੁਣ ਮੇਰਾ ਲਾਈਫ 'ਚ ਕੋਈ ਐਸੀ ਚੀਜ਼ ਨਹੀਂ ਮੈਂ ਨਹੀਂ ਦੇਖੀ, ਦੌਲਤ ਸ਼ੌਹਰਤ ਕਿੱਥੇ ਨਹੀਂ ਘੁੰਮਿਆ, ਸਾਰੀ ਦੁਨੀਆ ਘੁੰਮਲੀ। ਬਟ ਮੇਰਾ ਹੁਣ ਦਿਲ ਕਰਦਾ ਕਿ ਯਾਰ ਮੈਂ ਨਾ ਹੁਣ ਸੇਵਾ ਕਰਾਂ ਲੋਕਾਂ ਦੀ, ਜਿੰਨੀ ਸੇਵਾ ਹੋ ਸਕੇ। ਅਤੇ ਉਸ ਭਾਵਨਾ ਹੀ ਦਿੱਲੀ ਗਏ ਸੀਗੇ, ਉੱਥੇ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ, ਅਤੇ ਇਸ ਭਾਵਨਾ ਹੀ ਇੱਥੇ ਆਇਆ ਕਿ ਜਿਹੜੇ ਵਿਚਾਰੇ ਬਿਲਕੁਲ ਹੀ ਗਰਾਊਂਡ ਲੈਵਲ ਦੇ ਆ, ਲੋਅ ਲੈਵਲ ਦੇ, ਉਹਨਾਂ ਦੀਆਂ ਗੱਲਾਂ ਹੀ ਨਹੀਂ ਪਹੁੰਚ ਪਾਉਂਦੀਆਂ ਉੱਪਰ ਤੱਕ ਕਿਤੇ ਵੀ, ਅਤੇ ਕੋਸ਼ਿਸ਼ ਕਰਾਂਗੇ। ਉੱਪਰੋਂ ਮੈਂ ਵੀ ਹਾਂ ਹੁਣ ਤਾਂ, ਨਵਰਾਜ ਭਾਅ ਜੀ ਵੀ ਆ, ਮੇਰੇ ਭਰਾ ਅਹਿਨ ਵੀ ਨੇ, 4-4, 5-5 MP ਇਕੱਠੇ ਹੋ ਜਾਣੇ ਉੱਥੇ। ਕਿਤੇ ਘਰੇ ਗੱਲ ਹੁੰਦੀ ਹੈ ਕਿ ਮਹਿਸੂਸ ਹੁੰਦਾ ਕਿ ਅਗਰ ਕੰਪੇਨ ਕਰਨ ਜਾਂਦੇ ਹੋ ਤਾਂ ਪਹਿਲਾਂ ਵਿਰੋਧ ਕਰਨ ਵਾਲੇ ਟੱਕਰ ਜਾਂਦੇ ਨੇ, ਅਤੇ ਕਿਤੇ ਸਵਾਗਤ ਹੋਣਾ ਅਤੇ ਕਿਤੇ ਸਵਾਗਤ ਇੱਦਾਂ ਹੋਣਾ ਮਹਿਸੂਸ ਹੁੰਦਾ? ਕਿਉਂਕਿ ਕੱਲ੍ਹ ਦੇ ਇੱਕ ਸਪੀਚ ਦੇ ਵਿੱਚ ਦੇਖਿਆ ਸੀ, ਬਹੁਤ ਜ਼ਿਆਦਾ ਮਹਿਸੂਸ ਕਰ ਗਏ ਉਹਨਾਂ ਨੇ, ਭਾਵੁਕ ਵੀ ਹੋ ਗਏ, ਹੈ ਨਾ, ਇੱਥੋਂ ਤੱਕ ਕਹਿ ਤਾ ਕਿ ਅਗਰ 1 ਜੂਨ ਨੂੰ ਮੈਂ ਜ਼ਿੰਦਾ ਰਿਹਾ ਤਾਂ ਦੁਬਾਰਾ ਮਿਲਾਂਗੇ, ਮੇਰੀ ਸੋਚ ਨੂੰ ਜ਼ਿੰਦਾ ਰੱਖਣਾ। ਘਰੇ ਗੱਲਾਂ ਹੁੰਦੀਆਂ ਇਹੋ ਜਿਹੀਆਂ ਜਾਂ ਹੰਸਰਾਜ ਜੀ ਆਪਦੇ ਕੋਲ ਹੀ ਰੱਖਦੇ? ਐਕਚੁਅਲੀ ਡੈਡ ਸਾਨੂੰ ਜ਼ਿਆਦਾ ਨਹੀਂ ਦੱਸਦੇ ਗੱਲਾਂ, ਕਿਉਂਕਿ ਅਸੀਂ ਵੀ ਨਿਊਜ਼ 'ਚ ਹੀ ਦੇਖੀ ਸੀ ਗੱਲ। ਮੈਂ ਸਗੋਂ ਨਿਊਜ਼ ਦੇਖ ਕੇ ਉਹ ਫੋਨ ਕੀਤਾ, ਮੈਂ ਕਿਹਾ ਤੁਸੀਂ ਠੀਕ ਹੋ ਜੀ, ਤੁਸੀਂ ਦੱਸਦੇ ਹੀ ਨਹੀਂ ਕੁਛ ਸਾਨੂੰ, ਕਿਉਂਕਿ ਉਹ ਆਪਣੇ ਆਪ 'ਚ ਹੀ ਫਾਈਟਰ ਨੇ ਨਾ, ਫਾਈਟ ਕਰਦੇ ਰਹਿੰਦੇ ਨੇ। ਬਟ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਐਂ ਨਾ ਕਰੋ। ਫਿਰ ਉਹਨਾਂ ਨੇ ਸ਼ੇਅਰ ਕੀਤਾ, ਕਹਿੰਦੇ ਯਾਰ ਮੈਂ ਅੱਜ ਤੱਕ ਜਦੋਂ ਵੀ ਪੰਜਾਬ 'ਚ ਜਿੱਥੇ ਵੀ ਗਿਆ, ਬੜੀ ਟੌਹਰ ਨਾਲ ਗਿਆ, ਬੜੇ ਪਿਆਰ, ਮੈਨੂੰ ਅੱਖਾਂ ਵਿਛਾ ਲੈਂਦੇ ਸੀ ਲੋਕ, ਹੈ ਨਾ, ਪਲਕਾਂ ਵਿਛਾ ਲੈਂਦੇ ਸੀਗੇ। ਅਤੇ ਉਹ ਜਿਹੜੀ ਵਿਰੋਧਤਾ
ਹੋ ਰਹੀ ਆ ਉਹ ਮੈਂ ਜਿਵੇਂ ਕਿਹਾ ਇੱਕ ਤਰੀਕਾ ਹੁੰਦਾ ਬਟ ਉਹ ਜ਼ਿਆਦਾ ਬੋਲਦੇ ਕੁਛ ਗਲਤ ਬੋਲਦੇ ਆ ਜੋ ਕਿ ਨਹੀਂ ਮੈਨੂੰ ਲੱਗਦਾ ਐਥੀਕਲੀ ਨਹੀਂ ਬੋਲਣਾ ਚਾਹੀਦਾ ਫੈਮਿਲੀ ਖਿਲਾਫ ਮਾਂ ਭੈਣ ਦੀਆਂ ਗਾਲਾਂ ਇਹ ਉਹ ਪੰਜਾਬੀ ਇੱਦਾਂ ਤਾਂ ਹੈ ਨਹੀਂ ਆਪਾਂ ਤਾਂ ਪਿਆਰ ਮੰਡਣ ਵਾਲੇ ਹਾਂ ਅਸੀਂ ਤਾਂ ਦੁਸ਼ਮਣ ਵੀ ਸਾਡੇ ਘਰ ਆਵੇ ਉਹਨੂੰ ਚਾਹ ਪਿਲਾਈ ਦੀ ਆ ਹੈ ਨਾ ਸਾਡੀ ਨੇਚਰ ਇੱਦਾਂ ਦੀ ਪੰਜਾਬੀਆਂ ਦੀ ਬਟ ਉਹ ਫਿਰ ਸਾਰੀ ਉਮਰ ਜਿਸ ਬੰਦੇ ਨੇ ਪਿਆਰ ਹੀ ਖੱਟਿਆ ਹੋਵੇ ਅਤੇ ਉਹਨਾਂ ਨੂੰ ਫਿਰ ਇੱਦਾਂ ਦੇ ਥੋੜ੍ਹਾ ਬਹੁਤਾ ਇਮੋਸ਼ਨਲ ਤਾਂ ਓਬਵੀਅਸਲੀ ਔਰ ਡੈਡ ਤਾਂ ਬਹੁਤ ਜ਼ਿਆਦਾ ਅੰਦਰੋਂ ਸਾਫ਼ ਪਾਕ ਪਵਿੱਤਰ ਮੈਂ ਕਿਉਂਕਿ ਇਹ ਨਹੀਂ ਮੇਰੇ ਫਾਦਰ ਸਾਹਿਬ ਨੇ ਤਾਂ ਬਹੁਤ ਵੱਡੀ ਸ਼ਖਸੀਅਤ ਨੇ ਇਮੋਸ਼ਨਲ ਹੋ ਗਏ ਸੀਗੇ ਕੱਲ੍ਹ ਵੀ ਥੋੜ੍ਹਾ ਜਿਹਾ ਹੋ ਗਏ ਸੀ ਫੋਨ 'ਤੇ ਵੀ ਹੋ ਗਏ ਸੀਗੇ ਕਹਿੰਦੇ ਯਾਰ ਮੈਂ ਪਤਾ ਨਹੀਂ ਕਿੱਥੇ ਕਮੀ ਰਹਿ ਰਹੀ ਆ ਕੋਸ਼ਿਸ਼ ਤਾਂ ਕਰ ਰਿਹਾ ਹਾਂ ਲੈਟਸ ਹੋਪ ਫੋਰ ਦਾ ਬੈਸਟ ਬਾਬਾ ਜੀ ਸਾਥ ਦੇਣ ਸਾਡੇ ਭਰਾ ਜਿਹੜੇ ਸਾਡੇ ਤੋਂ ਨਾਰਾਜ਼ ਹੋਏ ਨੇ ਮਾਵਾਂ ਭੈਣਾਂ ਸਾਡੀਆਂ ਵੱਡੇ ਛੋਟੇ ਸਾਰੇ ਮੰਨਣ ਅਤੇ ਉਹਨਾਂ ਨੂੰ ਇੱਕ ਮੌਕਾ ਤਾਂ ਮਿਲੇ ਸਾਨੂੰ ਐਟਲੀਸਟ ਇੱਕ ਮੌਕਾ ਦਿਓ ਕਿਉਂਕਿ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਕਿ ਇਲੈਕਸ਼ਨ ਕਿਹੜਾ ਇੱਕ ਵਾਰੀ ਆਉਂਦੇ ਆ ਫਿਰ ਵੀ ਤਾਂ ਆਉਣੇ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਵੀ ਲਿਆ ਇੱਕ ਵਾਰੀ ਸਾਨੂੰ ਮੌਕਾ ਦੇ ਕੇ ਦੇਖੋ ਔਰ ਮੈਂ ਇਹ ਗਰੰਟੀ ਦਿੰਦਾ ਜੀ ਜਿਵੇਂ ਹੁਣੇ ਕਿਹਾ ਮੈਂ ਵੀ ਤੁਹਾਡਾ ਐਮ ਪੀ ਹਾਂ ਮੇਰੇ ਫਾਦਰ ਨੇ ਤਾਂ ਹੋਣਾ ਹੀ ਹੋਣਾ ਮੈਂ ਛੋਟਾ ਇੱਕ ਵੱਡਾ ਐਮ ਪੀ ਮਤਲਬ ਸਾਰੇ ਅਸੀਂ ਉੱਥੇ ਮੈਂ ਐਹਨ ਵੀਰੇ ਨਾਲ ਅਸੀਂ ਰਸਤੇ 'ਚ ਗੱਲ ਕਰਦੇ ਮੈਂ ਕਿਹਾ ਜੇ ਰੱਬ ਨੇ ਸੁਣ ਲਈ ਨਾ ਵਧੀਆ ਹੋਇਆ ਆਪਾਂ ਘਰ ਲੈ ਲੈਣਾ ਉੱਥੇ ਭਾਵੇਂ ਕਿਰਾਏ 'ਤੇ ਲਈਏ ਅਤੇ ਘਰ ਰਹਿ ਕੇ ਉੱਥੇ ਲੋਕਾਂ ਦੇ ਸਾਰਿਆਂ ਦਾ ਸੁਣਨੀ ਗੱਲ ਮਤਲਬ ਪ੍ਰੋਬਲਮਸ ਐਟਲੀਸਟ ਜਿੰਨੇ ਜੋਗੇ ਅਸੀਂ ਹੈਗੇ ਹਾਂ ਫਾਦਰ ਸਾਹਿਬ ਜਿੰਨੀ ਪਾਵਰ ਉਹਨਾਂ ਕੋਲ ਹੋਊਗੀ ਉਹਨਾਂ ਤਾਂ ਕਰੀਏ ਲੋਕਾਂ ਦੀ ਸੇਵਾ ਕਰੀਏ ਬੜਾ ਦਿਲ ਕਰਦਾ ਕਸਮੀ ਗੱਲ ਆ ਭਾਜੀ ਕਿਤੇ ਨਾ ਕਿਤੇ ਪਰਸੋਂ ਦੇ ਇੰਸੀਡੈਂਟ ਨੂੰ ਲੈ ਕੇ ਕੱਲ੍ਹ ਭਾਵੁਕ ਹੋਏ ਸੀਗੇ ਉਹ ਪਰਸੋਂ ਜਿਹੜਾ ਇੰਸੀਡੈਂਟ ਹੋਇਆ ਸੀਗਾ ਘਰੇ ਕੋਈ ਗੱਲ ਕੀਤੀ ਸੀ ਜਾਂ ਸੋਚ ਰਹੇ ਸੀਗੇ ਕਿ ਫੈਮਿਲੀ ਜਿਹੜੀ ਹੈ ਡਿਸਟਰਬ ਹੋਊਗੀ ਅਗਰ ਇਸ ਤਰ੍ਹਾਂ ਦੀ ਗੱਲ ਕਰੂੰਗਾ ਤੇ ਕੱਲ ਉਹਨਾਂ ਦਾ ਦਰਦ ਛਲਕ ਗਿਆ ਮੈਂ ਉਹੀ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸਿਆ ਨਾ ਸਾਨੂੰ ਤਾਂ ਸਾਡੇ ਨਾਲ ਤਾਂ ਸ਼ੇਅਰ ਹੀ ਨਹੀਂ ਕਰਦੇ ਉਹ ਇੱਦਾਂ ਦੀਆਂ ਗੱਲਾਂ ਸਾਨੂੰ ਤਾਂ ਖੁਦ ਨੂੰ ਨਿਊਜ਼ ਤੋਂ ਪਤਾ ਲੱਗਦੀਆਂ ਉਹ ਫਿਰ ਅੰਦਰ ਹੀ ਅੰਦਰ ਇੱਕ ਦਿਨ ਹੋਵੇ ਦੋ ਦਿਨ ਹੋਵੇ ਇੱਕ ਹਫ਼ਤਾ ਹੋਵੇ ਬੰਦਾ ਸਹਿੰਦਾ ਉਹ ਹੁਣ ਜਦੋਂ ਉਹਦਾ ਕੈਂਪੇਨ ਸ਼ੁਰੂ ਹੋਇਆ ਡੇਢ ਮਹੀਨਿਆਂ ਤੋਂ ਹੁਣ ਉਹੀ ਸੇਮ ਚੀਜ਼ ਉਹੀ ਕਰੀ ਜਾ ਰਹੇ ਆ ਔਰ ਚਲੋ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਵਿਰੋਧ ਕਰ ਰਹੇ ਹੋ ਠੀਕ ਆ ਲਾਜ਼ਮੀ ਆ ਤੁਸੀਂ ਨਾਰਾਜ਼ ਹੋ ਅਸੀਂ ਮੰਨਦੇ ਹਾਂ ਤੁਹਾਡੇ ਅੱਗੇ ਹੱਥ ਵੀ ਜੋੜ ਰਹੇ ਹਾਂ ਪਰ ਉਹ ਇੰਨਾ ਜ਼ਿਆਦਾ ਗਲਤ ਵਰਡ ਯੂਜ਼ ਕਰਦੇ ਆ ਉਹ ਗੈਰਤਮੰਦ ਬੰਦੇ ਤੋਂ ਨਹੀਂ ਸੁਣਿਆ ਜਾਂਦਾ ਜੀ ਅਸੀਂ ਕਿਹੜਾ ਕਦੀ ਜ਼ਿੰਦਗੀ 'ਚ ਕਿਸੇ ਨਾਲ ਧੋਖਾਧੜੀ ਕਰਕੇ ਪੈਸਾ ਕਮਾਇਆ ਜਾਂ ਜਿੰਨੀ ਵੀ ਜ਼ਿੰਦਗੀ 'ਚ ਖਾਧੀ ਆ ਉਹ ਮਿਹਨਤ ਨਾਲ ਹੀ ਖਾਧੀ ਆ ਗੈਰਤਮੰਦੀ ਨਾਲ ਖਾਧੀ ਆ ਅਤੇ ਉਹ ਬੰਦੇ ਨੂੰ ਫਿਰ ਠੇਸ ਪਹੁੰਚਦੀ ਜਿਹੜਾ ਤਾਂ ਬਸ਼ਰਮ ਬੰਦਾ ਹੁੰਦਾ ਉਹ ਤਾਂ ਹੱਸ ਹੁਸ ਕੇ ਕੱਢ ਲੈਂਦਾ ਅਤੇ ਬਟ ਉਹਨਾਂ ਤੋਂ ਨਹੀਂ ਬਰਦਾਸ਼ਤ ਹੁੰਦਾ ਕਾਰਨ ਕੀ ਸਮਝਦੇ ਹੋ ਕਿ ਹੰਸ ਰਾਜ ਹੰਸ ਦਾ ਵਿਰੋਧ ਕਿਉਂ ਹੋ ਰਿਹਾ ਇਹੀ ਸਾਨੂੰ ਨਹੀਂ ਸਮਝ ਆ ਰਿਹਾ ਕੈਂਡੀਡੇਟਸ ਹੋਰ ਵੀ ਆ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਬਟ ਪਾਰਟੀ ਦਾ ਵਿਰੋਧ ਹੋ ਰਿਹਾ ਜਾਂ ਡੈਡ ਦਾ ਪਤਾ ਨਹੀਂ ਕੀ ਸਮਝ ਨਹੀਂ ਆ ਰਹੀ ਕਿ ਉਹਨਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਮੇ ਬੀ ਦੇਰ ਇਜ਼ ਅ ਪ੍ਰੋਪਗੰਡਾ ਜਾਂ ਕੁਛ ਆ ਇਹ ਸਾਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਕਿ ਯਾਰ ਕਿਉਂ ਸਿਰਫ ਹੰਸ ਰਾਜ ਹੰਸ ਹੀ ਕਿਉਂ ਟਾਰਗੇਟ ਹੈ ਬਾਕੀ ਵੀ ਕਰ ਰਹੇ ਨੇ ਬਾਕੀਆਂ ਦਾ ਵਿਰੋਧ ਹੁੰਦਾ ਚਲੋ ਠੀਕ ਆ ਉਹ ਲਿਮਿਟ ਆ ਖਰੇ ਉਹ ਜ਼ਿਆਦਾ ਵਿੱਚ ਜਾਂਦੇ ਆ ਨਿਮਰਤਾ ਕਰਦੇ ਤਾਂ ਕਰਕੇ ਲੋਕ ਕਰੀ ਜਾ ਰਹੇ ਹੁਣ ਮੈਨੂੰ ਸਾਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਬਟ ਸਾਡੇ ਵੱਲੋਂ ਇਹੀ ਕੋਸ਼ਿਸ਼ ਆ ਜੀ ਦੇਖੋ ਸਾਡੇ ਸਾਰੇ ਸਤਿਕਾਰਯੋਗ ਆ ਸੀਰੀਅਸਲੀ ਕਹਿ ਰਹੇ ਡੈਡ ਨੇ ਇਹ ਨਹੀਂ ਕਿ ਅਸੀਂ ਮੈਂ ਕੈਮਰੇ 'ਤੇ ਬੋਲਣ ਦਾ ਕਰਕੇ ਕਹਿ ਰਿਹਾ ਸਾਨੂੰ ਹਮੇਸ਼ਾ ਕਹਿੰਦੇ ਹੁੰਦੇ ਕਿ ਡੈਡ ਕਹਿੰਦੇ ਹੁੰਦੇ ਕਿ ਬੰਦਾ ਗੁੱਸੇ ਵੀ ਆਪਣੇ ਨਾਲ ਹੁੰਦਾ ਜੇ ਤਾਂ ਹੱਕ ਹੋਵੇ ਅਤੇ ਉਹਨਾਂ ਨੂੰ ਉਹਨਾਂ ਦਾ ਬੇਟਾ ਆ ਪੰਜਾਬ ਦੀ ਧਰਤੀ ਤੋਂ ਜੰਮੇ ਹਾਂ ਅਸੀਂ ਅਤੇ ਉਹਨਾਂ ਦਾ ਬਣਦਾ ਔਰ ਮੰਨ ਵੀ ਜਾਣਗੇ ਕੋਈ ਗੱਲ ਨਹੀਂ ਕਿਸਾਨ ਕਿਤੇ ਨਾ ਕਿਤੇ ਕਹਿ ਦਿੰਦੇ ਆ ਕਿ ਸਾਡੀ ਗੱਲ ਵੀ ਨਹੀਂ ਸੁਣਦੇ ਜਾਂ ਕਿਸ ਤਰ੍ਹਾਂ ਹਾਲਾਂਕਿ ਹੰਸਰਾਜ ਹੰਸ ਜੀ ਕਹਿੰਦੇ ਆ ਅਗਰ ਤੁਸੀਂ ਇਕੱਲੇ ਮੈਂ ਇਕੱਲੇ ਨੂੰ ਜਿੱਤੇ ਬੁਲਾਉਂਗੇ ਇਹੀ ਤਾਂ ਭੁਲੇਖਾ ਦੂਰ ਕਰਨਾ ਕਿ ਜਿੱਤ ਕੇ ਜਾਂ ਪਾਵਰ 'ਚ ਆ ਕੇ ਕੋਈ ਗੱਲ ਨਹੀਂ ਸੁਣਦਾ ਇਹੀ ਤਾਂ ਉਹਨਾਂ ਨੂੰ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ ਕਿ ਇੱਕ ਵਾਰੀ ਸਾਨੂੰ ਚਾਂਸ ਦਿਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਉਹ ਕਿਸ ਕਿਰਦਾਰ ਦਾ ਕਿਸ ਲੈਵਲ ਦਾ ਬੰਦਾ
ਕਿਸ ਹੱਦ ਤੱਕ ਜਾ ਸਕਦਾ ਤੁਹਾਡੇ ਹੱਕਾਂ ਲਈ ਲੜਨ ਲਈ। ਐਟਲੀਸਟ ਉਹਨੂੰ ਪਾਵਰ ਤਾਂ ਲਿਆਓ, ਪਾਵਰ 'ਚ ਲਿਆਓ। ਜੇ ਹੁਣ ਉਸ ਬੰਦੇ ਦੇ ਹੱਥ ਪੱਲੇ ਹੀ ਕੁਛ ਨਹੀਂ ਹੋਊਗਾ, ਉਹ ਕੀ ਕਰੂਗਾ? ਅਤੇ ਇਹੀ ਭਾਅ ਜੀ ਕੋਸ਼ਿਸ਼ ਕਰ ਰਹੇ ਹਾਂ, ਅਪੀਲ ਕੀ ਕਰੂਗੇ ਲੋਕ? ਬਸ ਇਹੀ ਆ ਜੀ, ਹੱਥ ਜੋੜ ਕੇ ਅਪੀਲ ਆ, ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਸੱਚੀ। ਮੋਗੇ ਤਾਂ ਸਪੈਸ਼ਲੀ, ਮੈਂ ਅੱਜ ਹੁਣ ਫਰੀਦਕੋਟ ਵੀ ਜਾਊਂਗਾ, ਉੱਥੇ ਵੀ ਮੈਨੂੰ ਯਕੀਨ ਆ ਪਿਆਰ ਮਿਲੂਗਾ। 1 ਤਰੀਕ ਨੂੰ ਤੁਸੀਂ ਕਮਲ ਦਾ ਬਟਨ ਦੱਬਣਾ, ਮੇਰੇ ਫਾਦਰ ਪਦਮ ਸ਼੍ਰੀ ਹੰਸਰਾਜ ਹੰਸ ਜੀ ਨੂੰ ਜਿਤਾਓ। ਜਿਵੇਂ ਮੈਂ ਤੁਹਾਨੂੰ ਕਿਹਾ, ਤੁਹਾਡੇ ਕੋਲ 1 MP ਨਹੀਂ, 3-4 MP ਮੌਜੂਦ ਹੋਇਆ ਕਰੂਗੇ। ਜਦੋਂ ਮਰਜ਼ੀ, ਐਨੀ ਟਾਈਮ ਅਸੀਂ ਸੇਵਾ ਹੀ ਕਰਨੀ ਆ। ਐਂਡ ਬਸ ਆਸ਼ੀਰਵਾਦ ਦਿਓ ਜੀ, ਜੇ ਕੋਈ ਭੁੱਲ ਚੁੱਕ ਹੋਈ ਆ, ਗਲਤੀਆਂ ਹੋਈਆਂ ਤਾਂ ਮਾਫ਼ ਕਰੋ। ਜਿਹੜਾ ਤੁਸੀਂ ਇੱਕ ਗੱਲ ਹੋਰ ਕਹੀ ਹੈ ਕਿ ਅਗਰ ਜਿੱਤ ਜਾਂਦੇ ਨੇ ਤਾਂ ਅਸੀਂ ਸੋਚ ਰਹੇ ਹਾਂ ਕਿ ਇੱਥੇ ਇੱਕ ਕੋਠੀ ਲਿੱਤੀ ਜਾਵੇ ਚਾਹੇ ਕਿਰਾਏ 'ਤੇ ਲਿੱਤੀ ਜਾਵੇ, ਅਤੇ 1 MP ਨਹੀਂ 3-3 MP ਹੈ, ਅਤੇ ਲੱਗ ਰਿਹਾ ਕਿ ਸੈਲੀਬ੍ਰਿਟੀਜ਼ ਆਪਣੇ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਰਹਿ ਪਾਉਂਦੇ? ਭਾਅ ਜੀ ਟਾਈਮ ਨਿਕਲ ਜਾਂਦਾ, ਜੇ ਕੱਢਣਾ ਹੋਵੇ ਨਾ, ਜਿਹਨੇ ਕੱਢਣਾ ਹੋਵੇ ਉਹ ਕੱਢ ਲੈਂਦਾ ਟਾਈਮ। ਹੁਣ ਆਮ ਤੌਰ 'ਤੇ ਲੋਕ ਇਹੀ ਸੋਚਦੇ ਨਾ ਕਿ ਸੈਲੀਬ੍ਰਿਟੀਜ਼ ਆਏ ਨੇ, ਜਿੱਤ ਕੇ ਚਲੇ ਜਾਣਗੇ, ਬਾਅਦ ਵਿੱਚ ਕੋਈ ਪੁੱਛਦਾ? ਉਹੀ ਮੈਂ ਕਹਿ ਰਿਹਾ, ਜਿਹਨੇ ਕਰਨਾ ਨਾ, ਜਿਹੜਾ ਜਿਹਨੇ ਠਾਣ ਲਿਆ ਉਹ ਕਰ ਹੀ ਲੈਂਦਾ। ਮੈਂ ਹੁਣ ਫੈਮਲੀ ਨਾਲ ਵੀ, ਮੇਰੀ ਲਾਈਫ ਇੱਦਾਂ ਦੀ ਆ ਜੀ, ਆਰਟਿਸਟ ਲਾਈਫ ਬਹੁਤ ਜ਼ਿਆਦਾ ਬਿਜ਼ੀ ਆ। ਬਟ ਉਹ ਸਾਰਿਆਂ ਨੂੰ ਪਤਾ, ਮੇਰੇ ਜਿਹੜੇ ਮੀਡੀਆ ਦੇ ਫਰੈਂਡਸ ਆ, ਉਹ ਕਹਿੰਦੇ ਉਹ ਮੇਰੇ ਨਾਲ ਹਮੇਸ਼ਾ ਕਿ ਫੈਮਿਲੀ ਨਾਲ ਤੇਰਾ ਬਹੁਤ, ਅਸੀਂ ਦੇਖਦੇ ਹਾਂ ਤੂੰ ਫੈਮਿਲੀ ਨੂੰ ਟਾਈਮ ਦਿੰਦਾ, ਤੂੰ ਕੰਮ ਵੀ ਮੈਨੇਜ ਕਰੀ ਜਾ ਰਿਹਾ, ਤੂੰ ਸਾਰਾ ਕੁਝ ਮੈਨੇਜ ਕਰਦਾ, ਹਾਓ ਇਜ਼ ਇਟ ਪੋਸੀਬਲ? ਮੈਂ ਕਿਹਾ ਜਿਹਨੇ ਕਰਨਾ ਉਹ ਕਰ ਹੀ ਲੈਂਦਾ। ਅਤੇ ਇੱਕ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਹੁਣ ਤਾਂ ਮਿੰਟ 'ਚ ਰਿਕਾਰਡਿੰਗ ਨਿਕਲ ਜਾਂਦੀ ਜੀ। ਇਹ ਜੇ ਮੈਂ ਔਨ ਕੈਮਰਾ ਕਹਿ ਰਿਹਾ, ਤੁਹਾਡੇ ਸਾਹਮਣੇ ਕਹਿ ਰਿਹਾ, ਅਤੇ ਕੁਛ ਸੋਚ ਸਮਝ ਕੇ ਕਹਿ ਰਿਹਾ, ਕਿਉਂਕਿ ਮੈਂ ਜਿਵੇਂ ਅੱਗੇ ਕਿਹਾ, ਇੱਕ ਵਾਰੀ ਤਾਂ ਇਲੈਕਸ਼ਨ ਆਉਣੇ ਨਹੀਂ, ਫਿਰ ਇੱਕ ਵਾਰੀ ਜਿੱਤ ਜਾਵਾਂਗੇ, ਜੇ ਨਹੀਂ ਫੜਾਂਗੇ ਅਤੇ ਨਹੀਂ ਪੁੱਛਾਂਗੇ, ਤਾਂ ਫਿਰ ਅਗਲੀ ਵਾਰੀ ਤਾਂ ਫਿਰ ਅਗਲਿਆਂ ਦਾ ਬਣਦਾ ਜੋ ਵੀ ਵਿਰੋਧ ਕਰਨਾ। ਬਟ ਇੱਕ ਵਾਰੀ ਐਟਲੀਸਟ ਤੁਸੀਂ ਸਾਰਿਆਂ ਨੂੰ ਚਾਂਸ ਦਿੱਤਾ ਆ, ਹਰ ਪਾਰਟੀ ਦੇ ਇੱਥੇ ਕੈਂਡੀਡੇਟਸ ਆਏ ਨੇ, ਸਰਕਾਰਾਂ ਬਣੀਆਂ ਨੇ, ਇੱਕ ਵਾਰੀ ਤਾਂ ਕੋਸ਼ਿਸ਼ ਜਾਂ ਸਾਨੂੰ ਚਾਂਸ ਦਿਓ ਆਪਣੇ ਆਪ ਨੂੰ ਪ੍ਰੂਵ ਕਰਨ ਦਾ। ਇਹ ਆ ਜਿਹੜੀਆਂ ਗਲਤ ਫਹਿਮੀਆਂ ਕਿ ਮਿਲਣਾ ਨਹੀਂ, ਆਉਣਾ ਨਹੀਂ, ਇਹ ਨਹੀਂ, ਇਹ ਇਹੀ ਕੱਢਣੇ ਭੁਲੇਖੇ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਬਿਲਕੁਲ, ਇਹ ਸਾਡੇ ਨਾਲ ਯੁਵਰਾਜ ਹੰਸ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿ ਰਹੇ ਹਾਂ ਕਿ ਇੱਕ ਚਾਂਸ ਸਾਨੂੰ ਜਿਹੜਾ ਜ਼ਰੂਰ ਦਿੱਤਾ ਜਾਵੇ, ਕਿਉਂਕਿ ਜਿਹੜੇ ਆਮ ਤੌਰ 'ਤੇ ਭੁਲੇਖੇ ਹੁੰਦੇ ਆ ਕਿ ਸੈਲੀਬ੍ਰਿਟੀਜ਼ ਆਉਂਦੇ ਨੇ, ਚੁਣਾਵ ਲੜਦੇ ਨੇ, ਜਿੱਤ ਕੇ ਚਲੇ ਜਾਂਦੇ ਨੇ, ਬਾਅਦ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ, ਉਹੀ ਭੁਲੇਖੇ ਕਹਿੰਦੇ ਨੇ, ਕਰਨੇ ਨੇ। ਔਰ ਕਿਸਾਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਨੇ, ਉਹ ਵੀ ਜਿਹੜੇ ਨੇ ਸਾਡੇ ਪਰਿਵਾਰਾਂ 'ਚੋਂ ਹੀ ਹੈ, ਉਹ ਵੀ ਸਾਡੇ ਆਪਣੇ ਨੇ, ਲੇਕਿਨ ਵਿਰੋਧ ਕਰਨ ਦਾ ਵੀ ਇੱਕ ਜਿਹੜਾ ਤਰੀਕਾ ਹੁੰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਹਿਣੀਆਂ ਉਹ ਸ਼ੋਭਾ ਨਹੀਂ ਦਿੰਦੀਆਂ, ਲੇਕਿਨ ਲੋਕਾਂ ਨੂੰ ਵੀ ਦੂਜੇ ਪਾਸੇ ਅਪੀਲ ਕਰਦੇ ਨੇ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਡੈਡੀ ਨੂੰ ਜਿਤਾਓ ਇਹਨਾਂ ਦੇ, ਔਰ ਇਸ ਸੰਸਦ ਦੇ ਵਿੱਚ ਬਚਾਓ, ਤਾਂ ਕਿ ਲੋਕਾਂ ਦੀਆਂ ਗੱਲਾਂ ਉੱਥੇ ਤੱਕ ਪਹੁੰਚ ਸਕਣ। ਦੀਪਕ ਸਿੰਗਲਾ, ਨਿਊਜ਼ 18 ਮੋਗਾ।